ਅਸਲਾਮ ਵਾਲੇਕਮ, ਮੈਂ ਮਾਜੀ ਸਾਬਰ, ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਮੈਂ ਤੁਹਾਨੂੰ ਵਿਖਾਵਾਂਗਾ ਟਰਾਲੀ ਟਰੈਕਟਰ। ਇਹ ਲੋਹੇ ਦਾ ਟਰਾਲੀ ਟਰੈਕਟਰ ਬਣਾਇਆ ਹੈ ਸਾਡਾ ਜਿਹੜਾ ਪਿੰਡ ਦਾ ਮੁੰਡਾ ਹੈ, ਨਿੱਕਾ ਉਹਦਾ ਨਾਂ ਹੈ, ਨਿੱਕਾ ਨਿੱਕਾ ਉਹਨੂੰ ਕਹਿੰਦੇ ਨੇ। ਜਿਹੜਾ ਆਓ ਫਿਰ ਤੁਹਾਨੂੰ ਵਹਾਨੇ ਆ, ਨਾਲ ਨਿੱਕਾ ਵਹਾਨੇ ਆ, ਨਾਲ ਉਹਦਾ ਟਰਾਲੀ ਟਰੈਕਟਰ ਵਹਾਈਏ, ਜਾਓ ਚੱਲੀਏ। ਇਹ ਜੀ ਰਾਹ ਦੇ ਉੱਤੇ ਹੀ ਖੇਡਣ ਡੇ ਨੇ ਉਹ ਅੱਗੇ ਜੀ ਕਰਕੇ ਨਾਲ ਰਾਹ ਦੇ ਉੱਤੇ ਉਹ ਟਰਾਲੀ ਟਰੈਕਟਰ ਨਾਲ ਜਿਹੜਾ ਰਾਹ ਦੇ ਉੱਤੇ ਮਿੱਟੀ ਹੁੰਦੀ ਹੈ ਅਤੇ ਉਹਦੇ ਮਿੱਟੀ 'ਚ ਖੇਡਣ ਡੇ ਨੇ। ਗਾਜਰ ਹੈ, ਮਿੱਟੀ ਨਾਲ ਖੇਡਣ ਦਾ ਬੜਾ ਸ਼ੌਕੀਨ ਹੈ ਅਤੇ ਉਹਦੇ ਭਰਾ ਨੇ ਉਹਨੂੰ ਟਰਾਲੀ ਟਰੈਕਟਰ ਲਿਆ ਕੇ ਦਿੱਤਾ ਬਣਾ ਕੇ ਲੋਹੇ ਦਾ। ਦੇਖੋ ਇਹ ਟਰੈਕਟਰ ਜੇ, ਇਹ ਜੇ ਚਾਰ ਟਾਇਰ ਨੇ, ਇਹ ਲੋਹੇ ਦੇ ਟਾਇਰ ਬਣਾਏ ਨੇ, ਵਿਚਕਾਰ ਪੇਚ ਲਾ ਕੇ ਅਤੇ ਉਹਦੇ ਉੱਤੇ ਵੈਲਡਿੰਗ ਕੀਤਾ। ਇਹ ਬਾਹਰ ਹੈ ਵੇਖੋ, ਇਹ ਪੇਚ ਨੇ, ਇਹ ਬੈਰਿੰਗ ਲੱਗੇ ਨੇ ਲੋਹੇ ਦੇ, ਇਹ ਜਿਹੜਾ ਲੋਹੇ ਦੇ ਟਾਇਰ ਬਣਾਏ ਨੇ। ਆਹ ਵੇਖੋ, ਆਹ ਜਿੱਥੇ ਟਰਾਲੀ ਲੱਗਣੀ ਕਰਨੀ ਹੈ, ਆਹ ਉਹ ਹੈ ਸਰਾਂਸਰ ਸਰੋਂਸਰ ਹੈ ਨਹੀਂ, ਨਾ ਉੱਥੇ ਸੀਟ ਹੈ, ਹੱਥਾਂ ਨਾਲ ਹੀ ਚੱਲੇ ਕਰੇਗਾ। ਇਹ ਅੱਗੋਂ ਜੀ ਗਰਮ ਹੋ ਜਾਂਦਾ, ਇਹ ਅੱਗੋਂ ਹਵਾ ਲੱਗਣ ਵਾਸਤੇ ਛੱਡਿਆ। ਇਹ ਕਰਾਹ ਹੈ ਮਿੱਟੀ ਇਕੱਠੀ ਕਰਨ ਵਾਲਾ। ਇਹ ਵੇਖੋ ਕੈਸੀ ਸੈਂਸ ਲਾਈ ਹੈ। ਇਹ ਵੇਖੋ ਜੀ, ਇਹ ਹੱਲਾਂ ਜੇ, ਇਹ ਜਿਹਦੇ ਨਾਲ ਲੋਹਾ ਵੱਢੀ ਦਾ, ਉਹਦੇ ਨਾਲ ਹੱਲਾਂ ਬਣਾਈਆਂ ਨੇ। ਇਹ ਵੇਖਿਓ ਪਹਿਲੀ ਵਾਰ ਦੀ, ਇਹ ਵੇਖੋ ਟਾਇਰ ਚੈੱਕ ਕਰੋ ਇਹਦੇ ਟਰਾਲੀ ਦੇ, ਜੈਨ ਰਾਣਾ ਜੈਨ ਟਰਾਲੀ। ਇਹ ਵੇਖੋ ਅੱਗੇ ਜਾ ਉਹਦੇ ਟਰੈਕਟਰ ਚਲਾਉਣ ਵਾਸਤੇ ਪੇਚ ਲੱਗਿਆ, ਇਹ ਜਿਹੜਾ ਟਰਾਲੀ ਨੂੰ ਖਿਲਾਰਨ ਵਾਸਤੇ। ਇਹ ਜਿਹੜਾ ਵੇਖੋ ਇਹ ਟਰਾਲੀ ਜਿਹੜੀ ਹੈ ਕੈਸੀ ਤਿਆਰ ਹੋਈ ਹੈ। ਨਿੱਕਾ ਭਾਈ ਹੋਣ ਜ਼ਰਾ ਪੈਲੀ ਪਾਓ। ਇਹ ਜੀ ਬੜੀ ਕਮਾਲ ਟਰਾਲੀ ਬਣੀ ਹੈ ਵੇਖੋ, ਅਤੇ ਇਹ ਹੁਣ ਹਲਾਵਾਂ ਹੀ ਜਾ ਰਹੀਆਂ ਨੇ। ਵੇਖੋ ਟਰੈਕਟਰ ਦੇ ਪਿੱਛੇ ਹਲਾਲਾਂ ਲਈਆਂ ਨੇ, ਅੱਗੇ ਹਲਾ ਲਈਆਂ ਨੇ, ਅਤੇ ਇਹ ਨਿੱਕਾ ਪੈਲੀ ਬਾਂਡ ਹੈ ਆਪਣੀ, ਜਿਹੜੀ ਇਹਨੇ ਰਾਹ 'ਚ ਪੈਲੀ ਬਣਾਈ ਹੈ। ਆਹ ਵੇਖੋ ਜਿਹੜਾ ਰਾਹ 'ਚੋਂ ਵੇਖੋ ਕਿੰਨੀ ਕਿੰਨੀ ਮਿੱਟੀ ਪੁੱਟੀ ਗਈ ਹੈ ਥੱਲੋਂ, ਅਤੇ ਇਹ ਕਰਾਹ ਹੈ ਟਰੈਕਟਰ ਦਾ। ਇਹ ਵੇਖਿਓ ਹੁਣ ਕਰਾਹ ਟਰੈਕਟਰ ਦੇ ਨਾਲ ਨਿੱਕਾ ਜੋੜਨ ਡਿਆ ਹੈ, ਇਹਦੇ ਪੇਚ ਮੇਲਣੇ ਪੈਂਦੇ ਨੇ ਨਾਲ ਲਾ ਕੇ, ਪੇਚ ਵੀ ਉਹਨਾਂ ਨੇ ਕੋਲ ਰੱਖੇ ਨੇ ਨਿੱਕੇ ਨੇ। ਨਿੱਕੇ ਨੇ ਵੀ ਬੜਾ ਹੀ ਸ਼ੌਕ ਹੈ ਖੇਡਣ ਦਾ ਟਰਾਲੀ ਟਰੈਕਟਰ ਨਾਲ। ਨਿੱਕਾ 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 ਸਾਰਾ ਹੀ ਨਹੀਂ, ਹੁਣ ਵੀ ਨਿੱਕਾ ਵੈਸੇ ਕਹਿੰਦੇ ਨੇ, ਪਰ ਜਦੋਂ ਨਿੱਕਾ ਸੀ ਨਾ ਉਦੋਂ ਮੇਲਿਆਂ 'ਚ ਟਰਾਲੀ ਟਰੈਕਟਰ ਹੀ ਲੈਂਦਾ ਹੁੰਦਾ ਸੀ, ਕੋਈ ਪਸਤੌਲ ਪਸਤੌਲ ਦਾ ਸ਼ੌਕ ਨਹੀਂ ਇਹਨੂੰ, ਅਤੇ ਹੁਣ ਇਹ ਪੇਚ ਮਿਲੇਗਾ ਫਿਰ ਇਹ ਕਰਾਹ ਆਏਗਾ। ਇਹ ਵੇਖੋ ਇਹ ਨਿੱਕਾ ਜਿਹੜਾ ਕਰਾਹ ਵਾਹਣ ਡਿਆ, ਇਹ ਕਰਾਹ ਨਾਲ ਮਿੱਟੀ ਇਕੱਠੀ ਕਰਨ ਡਿਆ, ਐਨ ਜਿਹੜਾ ਕਰਾਹ ਨਾਲ ਬੰਨੇ ਬਣਾਈ ਦੇ ਨੇ, ਉਹਦਾ ਟਰੈਕਟਰ ਹੀ ਨਿੱਕਾ ਨਿੱਕੇ ਦਾ। ਨਿੱਕਾ ਹੁਣ ਕਰਾਹ ਨਾਲ ਆਪਣੀ ਟਰਾਲੀ ਜਿਹੜਾ ਭਰੇਗਾ, ਟਰਾਲੀ ਦੇ ਵਿੱਚ ਮਿੱਟੀ ਭਰੇਗਾ ਕਰਾਹ ਦੇ ਨਾਲ। ਇਸੇ ਤਰ੍ਹਾਂ ਸਾਰੀ ਦਿਹਾੜੀ ਖੇਡਦੇ ਰਹਿੰਦੇ ਨੇ, ਸੁਬਹਾ ਤੋਂ ਲਾ ਕੇ ਸ਼ਾਮ ਤੱਕ ਰਾਹ 'ਚ ਰਹਿੰਦੇ ਨੇ, ਇੱਥੇ ਮਿੱਟੀ ਨਾਲ ਖੇਡਦੇ ਰਹਿੰਦੇ ਨੇ ਇਕੱਠੀ ਕਰਦੇ ਕਦੀ। ਇਹਨਾਂ ਜਿਹੜਾ ਇੱਕ ਜਗ੍ਹਾ 'ਤੇ ਕੋਈ ਅੱਡਾ ਹੁੰਦਾ ਨਹੀਂ ਵੀ ਇੱਕ ਜਗ੍ਹਾ ਖੇਡਣ ਡੇ ਨੇ, ਕਿਸੇ ਨੇ ਮਨਾ ਕੀਤਾ ਜਾ ਕੇ ਦੂਸਰੀ ਜਗ੍ਹਾ ਅੱਡਾ ਲਾ ਲਿਆ। ਟਰਾਲੀ ਗਈ ਨਿੱਕੇ ਦੀ ਭਾਰ, ਹੁਣ ਜਿਹੜਾ ਟਰੈਕਟਰ ਅੱਗੇ ਲਾਏਗਾ ਟਰਾਲੀ ਦੇ। ਇਹ ਵੇਖੋ ਜੀ ਅੱਗੋਂ ਇਹ ਟਰਾਲੀ ਫਿੱਟ ਹੋ ਗਈ, ਇਹ ਲਓ ਹੁਣ ਜਿੱਥੇ ਖਰਨੀ ਹੈ ਮਿੱਟੀ, ਜਿੱਥੇ ਨਾ ਟੱਪਣਾ ਵੀ ਐਵੇਂ ਹੀ ਸੁੱਟ ਦੇਣਾ, ਹੁਣ ਉੱਥੇ ਲੈ ਕੇ ਜਾਏਗਾ। ਇਹ ਵੇਖੋ ਜਾ ਰਹੀ ਸੀ ਦਾਦੀ, ਜਾ ਰਹੀ ਆਉਂਦੇ ਆਉਂਦੇ Mm-hmm.
ਰੋਟੀ ਦਾ ਦੋਵੇਂ ਭਾਰ ਲੱਗ ਬਸ ਅਤੇ ਆਵੇ ਜੀ ਨਿਕਾਹ ਅਤੇ ਇਹ ਕੁਝ ਕਹਿਣਾ ਚਾਹੁੰਦਾ ਤੁਹਾਨੂੰ ਕੀ ਕਹਿਣਾ ਚਾਹੁੰਦੇ ਦੱਸੋ ਪੇਂਡੂ ਬੜਾ ਚੰਗਾ ਹੈ ਇਹਦਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਨਿਕਾਹ ਕਹਿਣ ਡਿਆ ਸੀ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੇ ਪੇਂਡੂ ਅਤੇ ਅੱਜ ਦਾ ਵਲੋਗ ਸੀ ਟਰਾਲੀ ਟਰੈਕਟਰ ਦਾ ਅਤੇ ਵੀ ਪਿੰਡ ਦੇ ਜਿਹੜੇ ਬੱਚੇ ਨੇ ਖੇਡਦੇ ਨੇ ਟਰਾਲੀ ਟਰੈਕਟਰ ਨਾਲ ਮਿੱਟੀ ਨਾਲ ਖੇਡਦੇ ਨੇ ਅਤੇ ਅੱਜ ਦੀ ਵੀਡੀਓ ਚੰਗੀ ਲੱਗੀ ਹੋਏ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਲਓ ਸ਼ੇਅਰ ਵੀ ਕਰਿਓ ਅਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਬਣੀ ਅਤੇ ਮੇਰਾ ਜੇ ਪਿੰਡ ਚੈਨਲ ਸਬਸਕ੍ਰਾਈਬ ਕਰ ਲਓ।